अलहमदुल्ला ईद हो गई जी, हम चल के कुर्बानी करने। अस्सलाम वालेकुम, परवरदिगार दीआं रहमतां बरकतां ते निमतां दे नाल अज दी वीडियो दा आगाज़ करने आं जी। सब तो पहले अहले इस्लाम नूं मेरे लोग ढेरां ईद दीआं खुशियां मुबारक होवन जी। ते आए खले आं जी दुध वाली दुकान ते, अज ग्यारहवीं वी है इस वजह तू भी दुध ही नहीं आना सलाम लगे, और दूसरे नंबर ते ईद भी है इस वजह तू दुध नहीं आना। दुध है भाई सानू वास्ता, तुसीं 2 किलो दे दो, 2 किलो दुध लैके चलने आं जी। सवैयां वगैरह भी पकानियां ने, फायजा ने भी पीना है, और उस तो इलावा बाकी फिर मेहमान वगैरह आ जाता है चाय वगैरह, क्योंकि असी तो चाय पीने कोई नहीं, लेकिन मेहमान अगर आ जाए तो फिर उन्होंने चाय वगैरह जी ना वो पिलानी पैंती। पाकिस्तान जिंदाबाद का नारा जड़ा ना जी वो लाना चाहिए है, और मैं अज ईद वाले दिन सुबह सुबह गल तो नहीं करनी चाहिए सी, लेकिन अज ईद वाले दिन सानू 40 रुपए फी किलो मगरों दुध जड़ा ना जी वो इजाफी मिले, मतलब महंगा मिले 40 रुपए फी किलो मगरों। दुध लैके जी आ गए हैं किरियाने वाले भाई को, और इन्हें को लेंदे पे सेवियां, ये मेहरान वाले दिन मैं तो ना एक पैकेट ही बड़ा अज ही पकानिया ने, फिर तो शादी से चले जाना, वो इन्ना ही असी गारी खानिया ने की करना। बस ठीक है ना यार, हाँ जी अलहमदुल्ला समान सुबह सुबह सन दो ही चाहिए हैं, दुध और लह, मेरे याद नहीं रही चीनी हो, मैंने फिर जाना पे चीनी वास्ते, चीनी वास्ते फिर जाना पेगा जी, चीनी भी जरूरी है, और तीन चीजा जी लैके आनी, दो मैं ले आया, एक फिर रह गई, दो बंदे से गए हैं, हुण एक बारी फिर जाना पेगा, सरफ भी लेनी, चलो सरफ भी ले आवांगे। ते बाकी तुसी आ सारी सफाई करो ना, लाल तू ऐ काम कर जेड़े आ तोड़े ना, इन्हां नूं चा के सारिआं नूं उधर उस प्लाट दे विच सट, आ जेड़े खाली तोड़े आ सारे, ठीक है। बाकी सारा समान उन्हां दा जेड़ा ना एक साइड दे इत्थे ਕਿਦੀ ਕੁੰਜ ਕੁੰਜ ਕਿਨਾਂ ਦੇ ਉੱਤੇ ਕੋਈ ਸ਼ਾਇਦ ਨੇ ਪਾ ਪੂ ਦੋ ਜਾਂ ਕੋਈ ਹੈ ਤਾਂ ਨਹੀਂ, ਤੇ ਫਿਰ ਇੰਜੀ ਕੁੰਜ ਦੇ ਇੱਕ ਸਾਈਡ ਤੇ ਨੁੱਕਰ ਤੇ, ਠੀਕ ਹੈ। ਬਾਕੀ ਜੀ ਨਾਲ ਦੇ ਹਮਸਾਇਆਂ ਦਾ ਕੰਮ ਚੱਲਦਾ ਪਿਆ, ਏਡੀ ਜ਼ਿਆਦਾ ਸਫਾਈ ਸੁਥਰਾਈ ਤੇ ਜਿਹੜੀ ਹੈ ਨਾ ਬਾਹਰ ਦੇ ਏਰੀਏ ਚ ਵੀ ਕੋਈ ਨਹੀਂ, ਔਰ ਅੰਦਰ ਦੇ ਏਰੀਏ ਚ ਵੀ ਸਫਾਈ ਜਿਹੜੀ ਹੈ ਨਾ ਉਹ ਕੋਈ ਨਹੀਂ, ਕਿਉਂਕਿ ਉਹਨਾਂ ਦਾ ਸਮਾਨ ਜਿਹੜਾ ਹੈ ਨਾ ਉਹ ਅੰਦਰ ਰੱਖਿਆ ਹੋਇਆ, ਅਗਰ ਸਮਾਨ ਨਾ ਰੱਖੀਏ ਨਾ ਤੇ ਹੋਰ ਜਗ੍ਹਾ ਕੋਈ ਨਹੀਂ ਸੀ ਸਮਾਨ ਰੱਖਣ ਦੀ, ਕਿਉਂਕਿ ਗਾਰੀ ਇੰਨੇ ਕਹਿ ਗਏ ਨੇ, ਤੇ ਜੇ ਅਗਰ ਸਮਾਨ ਨਾ ਰੱਖੀਏ ਨਾ ਤੇ ਫਿਰ ਵੀ ਅੱਛੀ ਗੱਲ ਨਹੀਂ, ਔਰ ਹਮਸਾਇਆ ਨੇ ਉਹ ਕਹਿਣਗੇ ਕਿ ਯਾਰ ਪਹਿਲੇ ਦਿਨ ਤੋਂ ਹੀ ਮਤਲਬ ਜਿਹੜਾ ਨਾ ਉਹ ਸਾਡੇ ਨਾਲ ਇਸ ਤਰ੍ਹਾਂ ਦਾ ਰਵੱਈਆ, ਤੇ ਅੱਗੇ ਪਤਾ ਨਹੀਂ ਕਿਸ ਤਰ੍ਹਾਂ ਰੱਖਣਗੇ, ਲੇਕਿਨ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਯਾਰ ਇੱਕ ਦੂਸਰੇ ਦੇ ਨਾਲ ਬਿਲਕੁਲ ਜਿਹੜਾ ਨਾ ਪਿਆਰ ਮੁਹੱਬਤ ਨਾਲ ਔਰ ਸਲੂਕ ਨਾਲ ਚੱਲੀਏ, ਔਰ ਇੱਕ ਦੂਸਰੇ ਦੀ ਹੈਲਪ ਕਰਦੇ ਹੋਇਆ ਜਾਂ ਇੱਕ ਦੂਸਰੇ ਦਾ ਸਾਥ ਦਿੰਦੇ ਹੋਇਆ ਨਾ ਉਹ ਨਿਭਾਉਣੀ ਚਾਹੀਦੀ ਹੈ ਜ਼ਿੰਦਗੀ। ਉਹਨਾਂ ਦਾ ਕੰਮ ਸ਼ਮ ਜਿਹੜਾ ਨਾ ਜੀ ਉਹ ਥੋੜ੍ਹਾ ਬਹੁਤ ਹੀ ਹਾਲੇ ਤੀਕਰ ਹੋਇਆ, ਉਹਨੇ ਜ਼ਿਆਦਾ ਨਹੀਂ ਹੋਇਆ, ਕਿਉਂਕਿ ਇੱਕ ਨੀਂ ਜਿਹੜੀ ਹੈ ਨਾ ਇਹ ਅੱਧੀ ਹੋਈ ਹੈ, ਅੱਧੀ ਇਹ ਹੋਈ ਹੈ, ਉਧਰੋਂ ਹਾਲੇ ਕੋਈ ਨਹੀਂ ਹੋਈ, ਔਰ ਬੈਕ ਸਾਈਡ ਵੀ ਹਾਲੇ ਕੋਈ, ਉਹ ਇਸ ਤੋਂ ਬਾਅਦ ਕਰਨਗੇ, ਕੱਲ੍ਹ ਦੀ ਵੀ ਛੁੱਟੀ ਕਰਨਗੇ, ਔਰ ਉਸ ਤੋਂ ਬਾਅਦ ਫਿਰ ਆ ਕੇ ਜਿਹੜਾ ਨਾ ਇਹ ਮੁਕੰਮਲ ਕਰਨਗੇ, ਔਰ ਇਹ ਨੀਂਹਾਂ ਸ਼ੀਆਂ ਮੁਕੰਮਲ ਕਰਕੇ ਇਹਨਾਂ ਦੇ ਜ਼ਰਾ ਇੱਟਾਂ ਛਿੱਟਾਂ ਦਾ ਜਿਹੜਾ ਰਸ਼ ਹੈ ਨਾ ਇਹ ਘੱਟ ਜਾਏਗਾ, ਔਰ ਉਸ ਤੋਂ ਬਾਅਦ ਇਹ ਬਾਹਰ ਦੀ ਸਫਾਈ ਸਫੂਈ ਜਿਹੜੀ ਹੈ ਨਾ ਉਹ ਹੋਏਗੀ। ਅਗਰ ਉਹਨਾਂ ਨੇ ਮੁਕੰਮਲ ਕਰਨਾ ਹੋਇਆ ਤਾਂ ਫਿਰ ਤਾਂ ਜਿੰਨੀ ਦੇਰ ਚੱਲਦਾ ਰਿਹਾ ਕੰਮ ਹੈ, ਬਾਹਰ ਇੱਟਾਂ ਛਿੱਟਾਂ ਰੇਤ ਸੀਮੈਂਟ ਵਗੈਰਾ ਆਉਂਦਾ ਰਹਿਣਾ, ਉਨੀ ਦੇਰ ਤਾਂ ਬਾਹਰੋਂ ਸਫਾਈ ਇੰਨੀ ਖਾਸ ਨਹੀਂ ਹੋਣੀ, ਲੇਕਿਨ ਅਗਰ ਨੀਹਾਂ ਕਰਕੇ ਛੱਡਿਆ ਤਾਂ ਫਿਰ ਇਹ ਬਾਹਰੋਂ ਸਫਾਈ ਜਿਹੜੀ ਹੈ ਨਾ ਉਦੋਂ ਹੋ ਜਾਏਗੀ ਜਦੋਂ ਉਹਨਾਂ ਦੀਆਂ ਇੱਟਾਂ ਖਤਮ ਹੋ ਗਈਆਂ। ਬੁਲੱਖੜ ਬੰਦੇ ਦਾ ਵੀ ਹਾਲ ਕੋਈ ਨਹੀਂ ਜੀ, 2 ਚੀਜ਼ਾਂ ਰਹਿ ਗਈਆਂ ਸੀ ਯਾਦ, 2 ਚੀਜ਼ਾਂ ਭੁੱਲ ਗਿਆ ਸਾਂ, ਹੁਣ ਸਰਫ ਔਰ ਗੈਸ ਜਿਹੜਾ ਨਾ ਉਹ ਪ੍ਰਵਾਨਾ ਹੈ, ਔਰ ਨਾਲ ਚੀਨੀ ਜਿਹੜੀ ਹੈ ਨਾ ਉਹ ਵੀ ਲੈਣੀ ਆ, ਅਤੇ 2 ਚੀਜ਼ਾਂ ਮੈਂ ਲੈ ਕੇ ਦੁੱਧ ਔਰ ਸੇਵੀਆਂ ਲੈ ਕੇ ਘਰ ਵਾਪਸ ਆ ਗਿਆ, ਹੁਣ ਇਹ 3 ਚੀਜ਼ਾਂ ਵੀ ਕਰਨੀਆਂ ਜਲਦੀ ਜਲਦੀ, ਕਿਉਂਕਿ ਅੱਜ ਈਦ ਉਲ ਅਜ਼ਹਾ ਹੈ, ਈਦ ਜਲਦੀ ਪੜੀ ਜਾਣੀ ਹੈ, ਔਰ ਜਲਦੀ ਜਲਦੀ ਬਾਕੀ ਸਾਰੇ ਕੰਮ ਵੀ ਕਰਨੇ ਪੈ ਜਾਂਦੇ, ਜੇ ਤੂੰ ਜਲਦੀ ਜਲਦੀ ਜਿਹੜਾ ਨਾ ਇਹ ਕੰਮ ਨਿਬੇੜਨੇ ਆ, ਔਰ ਉਸ ਤੋਂ ਬਾਅਦ ਫਿਰ ਆਪਣੀ ਈਦ ਦੀ ਤਿਆਰੀ ਕਰਾਂਗੇ। 7:30 ਵਜੇ ਨਮਾਜ਼ ਦਾ ਟਾਈਮ ਹੈ ਜੀ, ਔਰ ਅਲਹਮਦੁਲਿਲਾ 6 ਵਜਣ ਚੋਂ 10 ਮਿੰਟ ਰਹਿੰਦੇ ਨੇ, ਔਰ ਅਸੀਂ ਸਮਾਨ ਵਗੈਰਾ ਜਿਹੜਾ ਨਾ ਉਹ ਸਾਰਾ ਤਕਰੀਬਨ ਪੂਰਾ ਕਰ ਲਿਆ, ਜਿੰਨਾ ਸਾਨੂੰ ਘਰ 'ਚ ਮੌਜੂਦ ਚਾਹੀਦਾ ਸੀ ਜਾਂ ਜਿੰਨਾ ਸ਼ਾਰਟ ਸੀ ਨਾ ਉਹ ਸਾਰਾ ਸਮਾਨ ਅਸੀਂ ਲਿਆਂਦਾ। ਸੁਬਾਹ ਨਮਾਜ਼ ਪੜ੍ਹ ਕੇ ਨਾ ਜੀ ਸਫਾਈਆਂ ਨੂੰ ਲੱਗੇ ਹੋਏ ਹਾਂ, ਔਰ ਹਾਲੇ ਤੀਕ ਸਫਾਈਆਂ ਹੀ ਚੱਲਦੀਆਂ ਪਈਆਂ ਨੇ, ਫਿਲਹਾਲ ਵਿਹੜਾ ਜਿਹੜਾ ਨਾ ਉਹ ਸਾਫ਼ ਹੁੰਦਾ ਪਿਆ ਜੀ। ਅੱਜ ਧੋਣਾ ਕੋਈ ਨਹੀਂ, ਚਲੋ ਵੇਖੋ ਇਹਨੂੰ ਕਰੋ ਨਾ ਸਫਾਈ, ਬਾਅਦ ਵਿੱਚ ਫਿਰ ਵੇਖਾਂਗੇ, ਪਾਣੀ ਮਾਰਨਾ ਪੈਣਾ ਮੈਨੂੰ ਤੇ ਲੱਗਦਾ ਇਸੇ ਤਰ੍ਹਾਂ ਹੀ ਹੈ। ਇਹ ਥੱਲੇ ਵਾਲਾ ਗਰਾਜ ਚ ਸਾਰੀ ਮਿੱਟੀ ਜਿਹੜੀ ਹੈ ਨਾ ਉਹ ਸਾਰੀ, ਹਾਂ ਇਹ ਸਾਰੀ ਕਰਨੀ ਪੈਣੀ ਸਫਾਈ, ਬਾਹਰੋਂ ਸਾਰਾ ਇੱਕ ਵਾਰੀ ਨਾ ਮਾਰ ਛਾਰ ਕੇ ਥੋੜ੍ਹਾ ਜਿਹਾ ਆਪਣੇ ਘਰ ਦੇ ਅੰਦਰੋਂ ਅੰਦਰੋਂ ਤਾਂ ਸਾਰਾ ਸਾਫ਼ ਕਰਾਂਗੇ ਨਾ, ਔਰ ਐਜ਼ਾ ਵੀ ਮਾਸ਼ਾਅੱਲਾ ਜਿਹੜੀ ਇਹਨਾਂ 'ਚ ਲੱਗੀ ਹੋਈ ਤੱਪੜੀ ਮਾਰਨ ਨੂੰ। ਹਾਲਾਂਕਿ ਸਾਡੇ ਇਸ ਫਰਜ਼ 'ਤੇ ਕੋਈ ਐਡਾ ਖਾਸ ਫਾਇਦਾ ਕੋਈ ਨਹੀਂ ਤੱਪੜੀ ਦਾ ਹੁੰਦਾ, ਕਿਉਂਕਿ ਸਾਰਾ ਕੱਚਾ ਹੈ,
इस वजह तू इन तपड़ी दे रहा खास फायदा बस कर बेटा बस कर ना मार रहन दे धोनी पे नहीं बेटे इस तरह नहीं किसरा मिलना वेखना पिछे मक्खियां पेंदी पे डिगी हुई चीज और इधर इधर ही गटा ला लो ना तो फिर आसानी नाल धोप जासी बाकी साड़ी बैठक जड़ी है ना जी वो ते एसएम स्टोर दी शक्ल इख्तियार कीता होया उन्हें कुछ इट्टा बालन लकड़ा वगैरह सारा कुछ जड़ा ना इजाफी समान आले थी असि इधर ही रखते पे हैं जो लैंडर पै जाएगा ना उदो कुछ चीजा उत्ते चली जानगी कुछ चीजा वैसे ही खत्म हो जाएगी लकड़ा भी उत्ते रखांगे छत दे क्योंकि सीढ़ी बन जाएगी हाले तक सीढ़ी है कि उन्होंने छत ते बार बार जमींदा नहीं इस वजह तू भी समान जड़ा है ना सारा अंदर ही रखना पैंदा मतलब उत्ते नहीं जा सकता। सब तो ज्यादा मुश्किल सफाई जड़ी है ना जी वो बाहर होंगी पी है फिलहाल हम टाइम जड़ा है ना होर को नहीं वरना कई लैके ना ए आली मिट्टी थोड़ी जी पर ढाल के जड़ी ना चंगी तरह सारी सफाई कर दे और ए आला रोड़ा हूं उन्होंने जड़ा है ना पिया है जिनी देर ये पिया उन्नी देर भी सफाई जड़ी है ना मुश्किल है और उधर रेता पई हुई है नाल दी अपने अपने दे हिसाब किताब जड़ा है ना उन्होंने सीधे ने लेकिन साडा हालात जड़े ना मतलब वो ज्यादा खराब हुए हैं सफाई जड़ी है ना साडे फ्रंट ते कोई नहीं है बाकी तो सारे की ठीक है पर हाल चलो कोई नहीं है खैर है जिनी देर काम चलता पे उन्नी देर तो गुजारा करेंगे लेकिन उस तो बाद फिर अपने फ्रंट का जड़ा है ना जी वो असी आप ही साफ रखेंगे और अपना फ्रंट आप साफ रखेंगे किसी भी अपने फ्रंट से ना तो गंद पा देंगे और ना ही अपना फ्रंट आप गंदा करेंगे घर जड़ा ना वो खूबसूरत नहीं लगता अगर उनका फ्रंट गंदा हो अगर फ्रंट से सफाई ना हो तो घर फिर भी जड़ा ना वो इन्ना ज्यादा प्यारा नहीं लगता। तकरीबन जी टाइम हो गया है 7:45 का तैयारी कर लगी है नमाज की क्योंकि 7:30 बजे नमाज का टाइम है 7:30 बजे तू 10 मिनट पहले मस्जिद पहुंचना है क्योंकि थोड़ा बहुत जड़ा ना बयान भी होना होंगे और वह भी सुनना चाहिए और उस तो बाद नमाज नमाज तो बाद फिर फौरन कुर्बानी होनी होंगी। अल्हम्दुलिल्लाह जी नहा के तैयार हो गया और टाइम हो गया 7:20 चलने हैं चल के नमाज पढ़ने हैं क्योंकि 10 मिनट पहले पहुंचना चाहिए 5-10 मिनट बंदा जड़ा ना खिताब भी सुने और उस तो बाद फिर नमाज पढ़ के ना वापस आवेंगे आके सवैया वगैरह कुछ जोड़े है ना वो कामा कुमांगे बल्कि हिस्से का पता करके आवेंगे अगर कुर्बानी जी है ना मतलब साड़ी जानवर किन्ने बजे या कितने बजे का टाइम जड़ा ना जी कुर्बान होता है और वो सारा टाइम जड़ा है ना मैनेज करते हो फिर वापस आवेंगे घर एक तो कपड़े भी चेंज करने होंगे कपड़े चेंज करेंगे और उस तो बाद कोई चीज खा पी के ना फिर जावे इस वाली साइड से हाँ जी भाई इमाम मस्जिद वास्ते चंदा जड़ा है ना जी वो इकट्ठा किया जाता है छोटी ईद से भी वड्डी ईद से भी थी वो सारे भाई बह के ना नमाजी जड़े आ रहे हैं ना अपना अपना हिस्सा दे रहे हैं और चंदा इकट्ठा हो रहा है अल्हम्दुलिल्लाह ईद हो गई है जी हम चल के कुर्बानी करने जब तुम वीडियो देखते पे सुनना पाकिस्तान के हर एक हिस्से च नमाजे ईद जड़ी है ना वो पढ़ी जा चुकी होगी लेकिन फिलहाल फिर भी अगर किसी भी मजबूरी की वजह तो कोई मुसलमान भैन भरा साढ़ा अगर ईद नहीं पढ़ सकता तो उन्होंने भी ईद दुटेरे खुशियां मुबारक होवन और जेडे इन्होंने पढ़ ली है अल्लाह ताला उन्हें भी ईद जड़ी है ना वो कबूल करे। भाई उरी जड़े ना जी अमीन अमीन साहब ने नाम तुम इन्हों को जड़ा ना जी वो साडा जानवर है जिन्हें असं हिस्से पाए ने ते तुसी उन्होंने तैयार शैर करो असी कपड़े शपड़े चेंज करके आइए तो बनाने का की तरीके करे किसी को बनवाना भी आप ही सारे ने बनाना आप ही बनाना ना चलो ठीक है कपड़े चेंज करके आते पे और पेमेंट उन्हें कर देवें या उस टाइम ले आवा जारी गल कुर्बान करने तो पहले पेमेंट अदा करनी पैंती है ना यही असल असूल तो यह गेन एक बार फिर जाना सारे ईद मुबारक जी और अगर तुम सेवियां खाते हो मिठिया मिठिया तो सुबह सुबह आओ जी मिलके खाने हैं नमाजे ईद पढ़ के वापस आ चुके हो जिते साडा हिस्सा है उतू भी असं होके आए हैं और उ तकरीबन सारे जिन्हें भाईवाल हैं ना हिस्सेदार जिन्हें भी हैं उस सारे जो कट्ठे होंगे उदो ही जड़ा है ना जानवर जिबा होएगा तो तकरीबन कोई अद्धा पौना घंटा लग जाना वा सारे इकट्ठे होंदिया
ਤੇ ਅਸੀਂ ਵੀ ਜਿਹੜਾ ਨਾ ਨਾਸ਼ਤਾ ਜਾਂ ਕਰਕੇ ਔਰ ਉਸ ਤੋਂ ਬਾਅਦ ਕੱਪੜੇ ਚੇਂਜ ਕਰਕੇ ਨਾ ਤੇ ਉੱਥੇ ਪਹੁੰਚ ਜਾਵਾਂਗੇ ਆਪਣਾ ਕੋਈ ਸਮਾਨ ਬਰਤਨ ਵਗੈਰਾ ਲੈ ਕੇ ਔਰ ਆਪਣਾ ਹਿੱਸਾ ਤਿਆਰ ਕਰਵਾਵਾਂਗੇ ਔਰ ਤਿਆਰ ਕਰਵਾ ਕੇ ਤੇ ਫਿਰ ਅਸੀਂ ਘਰ ਲੈ ਕੇ ਆਵਾਂਗੇ ਔਰ ਉਸ ਤੋਂ ਬਾਅਦ ਪਕਾਵਾਂਗੇ ਇਨਸ਼ਾਅੱਲਾ। ਸਾਡੇ ਇੱਥੇ ਹਮਸਾਏ ਜਿਹੜੇ ਹਨ ਜੀ ਤਕਰੀਬਨ ਦੋ ਘਰ ਹਨ, ਇੱਕ ਤੇ ਵਾਪਸ ਚਲੇ ਗਏ ਨੇ ਔਰ ਦੂਸਰੇ ਸਾਡੇ ਜਿਹੜੇ ਹਨ ਉਹ ਚਲੇ ਗਏ ਨੇ ਉਕਾੜੇ ਟਾਊਨ ਦਾ ਜਿਹੜਾ ਮੁਨਸ਼ੀ ਹੈ ਉਹ ਚਲਾ ਗਿਆ ਉਕਾੜੇ, ਉਹਨੇ ਉੱਥੇ ਜਿਹੜਾ ਨਾ ਕੁਰਬਾਨੀ ਬਣਵਾਉਣੀ ਹੈ ਨਾਲ ਜਾ ਕੇ ਔਰ ਉਸ ਤੋਂ ਬਾਅਦ ਹੀ ਫਿਰ ਉਹ ਆਏਗਾ। ਉੱਧਰ ਵੀ ਕੋਈ ਨਹੀਂ ਮਤਲਬ ਬੱਚੇ ਪਤਾ ਨਹੀਂ ਉਹਨਾਂ ਦੇ ਇੱਥੇ ਹੈ ਕਿ ਕੋਈ ਨਹੀਂ, ਇਹ ਵੀ ਮੈਨੂੰ ਨਹੀਂ ਪਤਾ। ਔਰ ਨਾਲ ਦੇ ਬਾਕੀ ਮਤਲਬ ਹਾਲੇ ਤੀਕਰ ਹਮਸਾਏ ਸਾਡੇ ਜਿਹੜੇ ਹਨ ਜੀ ਨਜ਼ਰ ਕੋਈ ਨਹੀਂ ਆਏ ਸੁਬਹਾ ਦਾ ਕੋਈ ਵੀ ਫਰਦ, ਫਿਲਹਾਲ ਇਕੱਲਾ ਹੀ ਘਰ ਹੈ ਸਾਡਾ ਜਿਹੜਾ ਨਾ ਅੰਦਰ ਬਾਹਰ ਅਸੀਂ ਆਉਂਦੇ ਜਾਂਦੇ ਪਏ ਹਾਂ, ਬਾਕੀ ਕੋਈ ਘਰ ਵੀ ਜਿਹੜਾ ਨਾ ਹਾਲੇ ਤੀਕਰ ਅੰਦਰ ਬਾਹਰ ਨਿਕਲੇ ਕੋਈ ਨਹੀਂ। ਜਿਹੜਾ ਨਾ ਜੀ 9:45 ਦਾ ਹੋ ਗਿਆ ਹੈ ਔਰ ਹੁਣ ਮੇਰਾ ਬੇਟਾ ਛੋਟਾ ਜਿਹੜਾ ਨਾ ਸਾਰਿਆਂ ਤੋਂ ਉੱਠਿਆ। ਅਸਲਾਮ ਅਲੈਕੁਮ, ਖੋਲੋ 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 ਖੋਲੋ, ਅਸਲਾਮ ਅਲੈਕੁਮ, ਆ ਜਾਓ ਬਾਹਰ ਆ ਜਾਓ, ਐਨਕ ਮੇਰੀ ਪਾ ਵਿੱਚ ਮਿਲ ਆ ਜਾਓ। ਐਸੇ ਜਾਗੇ ਜਾਗੇ ਹੋ ਗਏ ਕਿਆ ਚੀਜ਼ ਕਿਆ ਬਿਲਾਲ 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 ਕਿਆ ਕਰ ਰਿਹਾ? ਬਿਲਾਲ ਕਹਿੰਦਾ ਬੱਚਾ ਨਹੀਂ, ਬਿਲਾਲ ਅੱਛਾ ਬੱਚਾ, ਬਿਲਾਲ ਬੜਾ ਬਾਈ ਹੈ, ਬਿਲਾਲ ਅੱਛਾ ਬੱਚਾ ਹੈ ਨਾ, ਅੱਛਾ ਬੱਚਾ ਹੈ ਨਾ। ਅਭੀ ਸੁਸਤੀ ਹੈ ਬਈ, ਅਭੀ ਸੁਸਤੀ ਹੈ ਮੈਂ। ਔਰ ਇੱਧਰ ਜੀ ਇਹ ਦੋਵੇਂ ਜਣੀਆਂ ਜਿਹੜੀਆਂ ਨਾ ਤਿਆਰ ਹੁੰਦੀਆਂ ਪਈਆਂ ਨੇ, ਤੁਸੀਂ ਆਪਣੇ ਸਿਰ ਦੇ ਦੁਪੱਟੇ ਲੈ ਲਓ। ਤੇ ਬੱਚੇ ਜਿਹੜੇ ਅੰਨਾ ਜੀ ਹਾਲੇ ਤਿਆਰ ਹੁੰਦੇ ਫਿਰਦੇ ਹਨ, ਮੈਂ ਤੇ ਬਿਲਾਲ ਅਸੀਂ ਤਿਆਰ ਹੋ ਕੇ ਚਲੇ ਗਿਆ ਈਦ ਪੜਨ ਵਾਸਤੇ ਔਰ ਬੇਟੀਆਂ ਮੇਰੀਆਂ ਜਿਹੜੀਆਂ ਅੰਨਾ ਜੀ ਉਹ ਹੁਣ ਤਿਆਰ ਹੋਈਆਂ ਨੇ। ਫੈਜ਼ਾ ਨੇ ਹਾਲੇ ਤਿਆਰ ਹੋਣਾ, ਫੈਜ਼ਾ ਹੁਣ ਸੁੱਤੀ ਸੁੱਤੀ ਉੱਠੀ ਔਰ ਐਜ਼ਾ ਮਾਸ਼ਾਅੱਲਾ ਤਿਆਰ ਹੋ ਗਈ। ਹਾਂਜੀ ਐਜ਼ਾ ਜਿਹੜੀ ਅੰਨਾ ਜੀ ਉਹ ਤਿਆਰ ਹੋ ਗਈ ਹੋਈ ਹੈ ਔਰ ਅਮਨਾ ਜਿਹੜੀ ਹੈ ਉਹ ਵੀ ਤਿਆਰ ਹੋ ਗਈ ਹੈ। ਬਿਲਾਲ ਵੈਸੇ ਹੀ ਤਿਆਰ ਹੋ ਕੇ ਮੇਰੇ ਨਾਲ ਨਮਾਜ਼ ਪੜ੍ਹਨ ਵਾਸਤੇ ਗਿਆ ਸੀ। ਫੈਜ਼ਾ 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 ਹਾਏ ਹਾਏ ਕਰ ਦਿਓ, ਹਾਏ ਗੁੱਡ ਪਾਕਿਸਤਾਨ, ਕੈਸੇ ਪਾਕਿਸਤਾਨ, ਨਹੀਂ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਅੰਮਾਬਾਦ। ਹਾਂਜੀ ਅਲਹਮਦੁਲਿਲਾ ਭਾਈ ਜਾਨ ਜਿਹੜੇ ਅੰਨਾ ਜਿਹਨਾਂ ਕੋਲ ਮੇਰਾ ਜਾਨਵਰ ਹੈ, ਮਤਲਬ ਜਿਹੜਾ ਸਾਡਾ ਜਾਨਵਰ ਹੈ ਸਾਰਿਆਂ ਦਾ, ਮੇਰਾ ਇਕੱਲੇ ਦਾ ਤਾਂ ਨਹੀਂ ਹੈ, ਉਹ ਜਾਨਵਰ ਜਿਹੜਾ ਹੈ ਨਾ ਜੀ ਉਹ ਆਏ ਨੇ ਘਰੇ 'ਚ ਤੋੜੋ, ਕਹਿ ਰਹੇ ਨੇ ਕਿ ਸਾਰੇ ਇੰਤਜ਼ਾਰ ਕਰਦੇ ਪਏ ਨੇ ਤੇਰਾ, ਜਲਦੀ ਆ ਜਾ ਕਿਉਂਕਿ ਮੌਲਾਨਾ ਸਾਹਿਬ ਜਿਹੜੇ ਅੰਨਾ ਉਹ ਵੀ ਉੱਥੇ ਖਲੋਤੇ ਹੋਏ ਨੇ ਤਕਬੀਰ ਕਰਨ ਵਾਸਤੇ, ਅਤੇ ਜਲਦੀ ਆ ਤਾਂ ਕਿ ਹੱਥ ਫੇਰਨਾ ਔਰ ਉਸ ਤੋਂ ਬਾਅਦ ਅਸੀਂ ਤੁਹਾਡਾ ਨਾ ਜ਼ਬਾ ਕਰਨਾ, ਤਾਂ ਮੈਂ ਕਿਹਾ ਮੈਂ ਫੌਰਨ ਤੋਂ ਪਹਿਲੇ ਪਹਿਲੇ ਤੁਹਾਨੂੰ ਨਹੀਂ ਨਾਲ ਲੈ ਲਿਆ ਕਿਉਂਕਿ ਬਾਅਦ 'ਚ ਫਿਰ ਆਉਣ ਜਾਣ ਜਿਹੜਾ ਨਾ ਉਹ ਹੋਣਾ ਨਹੀਂ, ਅਤੇ ਮੈਂ ਕਿਹਾ ਵੀ ਚਲੋ ਬਿਲਾਲ ਵੀ ਨਾਲ ਹੈ ਅਤੇ ਉੱਥੇ ਜ਼ਬਾ ਕਰਾਂਗੇ ਨਾ, ਉੱਥੇ ਜਦੋਂ ਗੋਸ਼ਤ ਬਣਾਵਾਂਗੇ ਨਾ ਤਾਂ ਇੰਨੀ ਦੇਰ ਬੈਠਾ ਰਹੇਗਾ, ਜਦੋਂ ਬਣ ਜਾਏਗਾ ਤਾਂ ਇੱਕ ਵਾਰੀ ਲੈ ਕੇ ਵਾਪਸ ਆਵਾਂਗੇ, ਕਿਉਂਕਿ ਬਾਰ ਬਾਰ ਮੋਟਰਸਾਈਕਲ ਵੀ ਬਾਰ ਬਾਰ ਬਿਲਾਲ ਨੂੰ ਨਹੀਂ ਦਿੱਤਾ ਜਾ ਸਕਦਾ ਔਰ ਬਾਰ ਬਾਰ ਫਿਰ ਮੇਰਾ ਆਉਣਾ ਵੀ ਮੁਸ਼ਕਲ ਹੁੰਦਾ। ਅਲਹਮਦੁਲਿਲਾ ਜੀ ਜਾਨਵਰ ਜਿਹੜਾ ਨਾ ਤਿਆਰ ਹੋ ਗਿਆ, ਹਾਰ ਸ਼ਾਰ ਪਹਿਨਾ ਦਿੱਤੇ ਗਏ ਨੇ ਔਰ ਉਹ ਨਜ਼ਦੀਕ ਜਾਵੀਏ ਨਾ ਤਾਂ ਕੈਮਰਾ ਲੁ ਵੇਖ ਕੇ ਮੋਬਾਈਲ ਲੁ ਵੇਖ ਕੇ ਡਰਦਾ ਪਿਆ, ਇਸ ਵਜ੍ਹਾ ਤੋਂ ਵੀ ਮੈਂ ਨਜ਼ਦੀਕ ਨਹੀਂ ਜਾ ਰਿਹਾ ਔਰ ਸਾਰੇ ਜਿਹੜੇ ਨੇ ਜੀ ਸਾਡੇ ਭਾਈਵਾਲ ਇਕੱਠੇ ਹੋ ਗਏ ਨੇ। ਅਲਹਮਦੁਲਿਲਾ ਜੀ ਸਾਰਾ ਪ੍ਰੋਸੈਸ ਜਿਹੜਾ ਨਾ ਉਹ ਮੁਕੰਮਲ ਹੋ ਗਿਆ, ਸਿਰਾ ਜਿਹੜਾ ਨਾ ਉਹ ਉੱਧਰ ਬਣਾਉਂਦੇ ਪਏ ਨੇ, ਬਾਕੀ ਸਾਰਾ ਗੋਸ਼ਤ ਜਿਹੜਾ ਨਾ ਬਣ ਗਿਆ ਹੋਇਆ ਔਰ ਉਹਦੀਆਂ ਜਿਹੜੀਆਂ ਨਾ ਡੇਰੀਆਂ ਬਣਦੀਆਂ ਪਈਆਂ ਨੇ, ਕੰਡਾ ਵੱਟਾ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਬਸ ਹੱਥ ਨਾਲ ਡੇਰੀਆਂ ਬਣਾ ਲਈ ਦੀਆਂ, 7 ਡੇਰੀਆਂ ਬਣਾਉਣੀਆਂ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਇੱਕ ਜਿਹੜਾ ਨਾ ਹਰ ਬੰਦੇ ਨੇ ਆਪਣਾ ਆਪਣਾ ਹਿੱਸਾ ਚੁੱਕ ਲੈਣਾ, ਬਸ ਉਹ ਪ੍ਰੋਸੈਸ ਚੱਲਦਾ ਪਿਆ ਹੁਣ। ਉਹ ਹੱਡੀਆਂ ਜਿਹੜੀਆਂ ਨਾ ਉਹ ਇੱਕ ਸਾਈਡ 'ਤੇ ਬਣਦੀਆਂ ਪਈਆਂ ਨੇ ਔਰ ਖਾਲੀ ਗੋਸ਼ਤ ਜਿਹੜਾ ਨਾ ਉਹ ਇੱਕ ਸਾਈਡ 'ਤੇ ਡੇਰੀਆਂ ਬਣਾਉਂਦੇ ਪਏ ਨੇ, ਅਤੇ ਇੱਕ ਇੱਕ ਡੇਰੀ ਉੱਧਰੋਂ ਔਰ ਇੱਕ ਡੇਰੀ ਇੱਧਰੋਂ ਇੱਕ ਬੰਦਾ ਜਿਹੜਾ ਨਾ ਚੁੱਕ ਲਏਗਾ, ਉਹ ਸਿਰਾ ਆ ਜਾਏਗਾ, ਸਿਰਾ ਵੀ ਜਿਹੜਾ ਨਾ ਉਹ ਵੀ ਉੱਠ ਕੁੱਟ ਕੇ ਅਤੇ ਉਹ ਹੱਡੀਆਂ ਵਾਲੀ ਜਗ੍ਹਾ 'ਤੇ ਰੱਖ ਦਿੱਤਾ ਜਾਏਗਾ ਔਰ ਇਸੇ ਤਰ੍ਹਾਂ ਸਾਰੀਆਂ ਡੇਰੀਆਂ ਜਿਹੜੀਆਂ ਨਾ ਉਹ 40 ਹੈ।